ਕਿਵੇਂ ਸੀ ਬਾਬਾ ਜੀ? ਹੈਗੇ ਨੇ ਪਾਪਾ ਜੀ? ਕਹਿੰਦਾ ਲਾਦਾ ਪੁੱਛ ਵਾਲਾ ਹੈਗੇ ਬਾਬਾ ਜੀ? ਹਾਂਜੀ ਹਾਂਜੀ ਹੈਗੇ ਬਾਬੇ, ਆ ਜਾਓ ਤੁਸੀਂ ਬੈਠੇ ਤੇ, ਮੈਂ ਬਾਬਾ ਜੀ ਨੇ ਲੱਗਿਆ ਹੋਣਾ। ਠੀਕ ਹੈ। ਬਾਬਾ ਜੀ ਦੁਖੀ ਬਹੁਤ ਲੱਗਦਾ, ਨਾਲੇ ਅੱਜ ਪੰਜ ਛੇ ਹੱਥੋਂ ਨਾ ਲੰਘੇ, ਨਾਲੇ ਅੱਜ ਦਾ ਜੁਗਾੜ ਕਰ ਹੀ ਲਓ ਤੁਸੀਂ। ਠੀਕ ਹੈ, ਚੱਲ ਆ ਗਿਆ ਮੈਂ, ਅੱਜ ਜਕਾਰੇ ਪੂਰੇ ਵਧੀਆ ਲਾ ਦਿਓ। ਠੀਕ ਹੈ ਬਾਬਾ ਜੀ। ਜੈ ਹੋ ਬਾਬਿਆਂ ਦੀ, ਜੈ ਹੋ ਬਾਬਿਆਂ ਦੀ, ਜੈ ਹੋ। ਭਗਤਾ ਦੁਖੀ ਬਹੁਤ ਲੱਗਦਾ, ਜੇ ਤੇਰੇ ਸਾਰੇ ਦੁੱਖ ਦੂਰ ਕਰਦੇ ਫਿਰ ਮੰਨੇ ਬਾਬਿਆਂ ਨੂੰ। ਹਾਂਜੀ ਬਾਬਾ ਜੀ। ਤਾਂ ਚੇਲਾ ਲੁੱਟਾ ਲਿਆ ਬਾਬਿਆਂ ਦਾ। ਆ ਲਓ ਬਾਬਾ ਜੀ ਲੁੱਟਾਈ। ਕੀ ਆ ਬਾਬਾ ਜੀ, ਸਾਹ ਨਸਾ ਲਾਤਾ ਜੀ, ਬੱਕਰੀ ਆ ਵੀ ਨਾਈ ਭਿੱਜਣ ਚਾਹੀ ਚੰਗੇ ਰਹਿੰਦੇ ਜੀ। ਉਹ ਇਹ ਤਾਂ ਤੇਰੇ ਦੁੱਖ ਦੂਰ ਕਰਦੇ ਆ ਭਗਤਾ। ਬਾਬਾ ਜੀ ਤੁਸੀਂ ਡੁੱਕੇ ਡੱਕ ਛੱਡੋ ਜੀ, ਮੈਂ ਸੱਟਾ ਲੈਣ ਆਇਆ ਜੀ। ਉਹ ਚੇਲੇ ਸੱਟਾ ਕੀ ਹੁੰਦਾ ਬਾਬਾ ਜੀ? ਇਹ ਨੰਬਰ ਦੇਣਾ ਹੁੰਦਾ। ਓਏ ਮੇਰੇ ਨੰਬਰ 'ਚ ਤਾਂ ਬੈਲੈਂਸ ਮੁੱਕਿਆ ਪਿਆ, ਤੂੰ ਆਪ ਦੇ ਦੇ ਦੇ। ਇਹ ਨੰਬਰ ਦੇਣਾ ਹੁੰਦਾ ਜੀ, ਮੋਬਾਇਲ ਨੰਬਰ ਨਹੀਂ ਦੇਣਾ ਹੁੰਦਾ। ਇਹ ਸਾਲੇ ਕਿਹੜੇ ਨੰਬਰ ਦੀ ਗੱਲ ਕਰਦੇ ਆ? ਚਲੋ ਵੇਖਦੇ ਹਾਂ, ਪਹਿਲਾਂ ਇਹਨੂੰ ਭਜਾਈਏ। ਚੱਲ ਇੱਥੋਂ, 9:09 ਹੋ ਜਾ। ਜੈ ਹੋ ਬਾਬੇ ਦੀ, ਧੰਨੋ ਬਾਬਾ ਜੀ ਧੰਨੋ। ਓਏ ਹੁਣ ਦੱਸੋ ਇਹ ਕਿਹੜੇ ਨੰਬਰ ਦੀ ਗੱਲ ਕਰਦਾ ਸੀ? ਉਹ ਯਾਰ ਇਹ ਸੱਟਾ ਹੁੰਦਾ, ਨੰਬਰ ਲਾਉਣਾ ਪੈਂਦਾ, ਫੇਰ ਪੈਸੇ ਆਉਂਦੇ ਆ। ਅੱਛਾ, ਉਹ ਫੇਰ ਤੈਨੂੰ ਨੰਬਰ ਦੱਸ ਹੀ ਦਿੰਦੇ? ਨੰਬਰ ਦੇ ਤਾਂ ਦਿੱਤਾ ਜਿਹੜਾ 9:11 ਆਖਿਆ ਸੀ। 9:11? ਹਾਂ ਬਿੰਦਰਾ, 9:11 ਉਹੀ ਨੰਬਰ ਹੁੰਦਾ। ਓਏ ਬਹਿਣ ਕੇ ਲੱਕੜੇ, ਤੈਨੂੰ ਕਿੰਨੀ ਵਾਰੀ ਕਿਹਾ ਬਿੰਦਰ ਨਾ ਕਹਿ, ਨਾ ਕਹਿ, ਨਾ ਕਹਿ, ਬਾਬਾ ਕਹਿ, ਬਾਬਾ ਸੁਣ ਗਿਆ ਤੈਨੂੰ? ਹਾਂਜੀ। ਕੀ ਕਹਿਣਾ ਬਾਬਾ? ਬਾਬਾ 20 ਰੁਪਏ ਦਾ ਕੀ ਕਰਗੇ? ਓ ਚੱਲ 20 ਤਾਂ ਬਣੇ, ਆ ਲੈ 30 ਰੁਪਏ ਮੇਰੇ ਕੋਲੇ ਆ, ਭੱਜ ਕੇ ਜਾ ਕੇ ਪਊਆ ਫੜ ਲਿਆ। ਪਊਆ? ਬਾਬਾ ਪੋਏ ਨਾ ਕੀ ਬਣੂ, ਪੋਏ ਨਾ ਤਾਂ ਜਾੜ ਵੀ ਗਿੱਲੀ ਨੀ ਹੋਣੀ। ਓਏ ਤੁਹਾਡਾ ਕੁਛ ਬਣੇ ਨਾ ਬਣੇ, ਮੇਰੇ ਦਾ ਕੁਛ ਬਣ ਜੂ? ਮੇਰਾ ਸਾਲਾ ਦੇ ਬਾਰੇ ਸੋਚਦਾ ਰਹਿੰਦਾ, ਅਸੀਂ ਕਿਹੜਾ ਬੰਦੇ ਨੀ, ਸਾਡੇ ਕਿਹੜਾ ਮੂੰਹ ਨੀ ਲੱਗਿਆ। ਓਏ ਹੁਣ ਕੀ ਸੋਚਦਾ, ਜਾ ਫੜ ਲਿਆ ਭੱਜ ਕੇ ਜਾ ਕੇ। ਉਹ ਜਾਨਾ ਯਾਰ। ਸਤਿ ਸ਼੍ਰੀ ਅਕਾਲ ਬਾਪੂ। ਸਤਿ ਸ਼੍ਰੀ ਅਕਾਲ। ਹੋਰ ਪੁੱਤ ਕਰਮ ਸਿੰਘ ਠੀਕ ਆ? ਹਾਂਜੀ ਬਾਪੂ। ਹਾਂ ਪੁੱਤ, ਆ ਜਾ ਅੰਦਰ ਗੱਲ ਕਰ। ਓ ਭਾਈ ਕੁੜੀਓ, ਕਰਮ ਸਿੰਘ ਆਇਆ ਭਾਈ, ਚਾਹ ਪਾਣੀ ਬਣਾਓ। ਹੋਰ ਪੁੱਤ ਘਰੇ ਠੀਕ ਆ ਸਾਰੇ? ਹਾਂਜੀ ਹਾਂਜੀ, ਸਭ ਠੀਕ ਠਾਕ। ਆਏ ਪੁੱਤ ਲੰਘਿਆ ਅੰਦਰ। ਆ ਪੁੱਤ ਕਿਵੇਂ ਆਉਣੇ ਹੋਏ? ਕੁਝ ਨਹੀਂ ਬਾਪੂ, ਮਹਿੰਦਰ ਲੈਣ ਆਇਆ ਭਾਈ। ਉਹਦੀ ਬੇਬੇ ਨੂੰ ਪੁੱਛ ਲਾ ਜੇ ਤੋਰਦੀ ਆ ਤਾਂ। ਬਾਪੂ ਘਰ ਦਾ ਮੋਰੀ ਤਾਂ ਤੂੰ ਆ, ਜੇ ਤੈਨੂੰ ਨਾ ਪੁੱਛੂ ਹੋਰ ਕਿਹਨੂੰ ਪੁੱਛੂ? ਉਹ ਮੈਂ ਤਾਂ ਤੈਨੂੰ ਪਤਾ ਪੁੱਤ ਨਾਂ ਦਾ ਮੋਰੀ ਆ ਭਾਈ, ਚੱਲਣੀ ਤਾਂ ਤੇਰੀ ਬੇਬੇ ਦੀ ਆ, ਮੇਰੇ ਵੱਲੀ ਉਹ ਤਾਂ ਹਾਂ ਹੈ, ਉਹਨੂੰ ਪੁੱਛ ਕੇ ਦੇ ਲੈ ਜੇ ਤੋਰਦੀ ਆ। ਨਾ ਤੂੰ ਧੀਏ ਚਾਹ ਕਿਹਦੇ ਵਾਸਤੇ ਧਰਦੀਆਂ? ਹੁਣ ਤਾਂ ਆਪਾਂ ਪੀ ਕੇ ਹਟੇ ਆ। ਬੀਬੀ ਤੇਰੇ ਜਮਾਈ ਆਇਆ, ਉਹਦੇ ਵਾਸਤੇ ਚਾਹ ਧਰੀ ਆ। ਨਾ ਇਹ ਕਿੱਧਰੋਂ ਆ ਗਿਆ ਹੁਣ ਮੂੰਹ ਚੱਕ ਕੇ? ਮੈਂ ਕਰਦੀ ਆ ਦੀ ਝਾੜ ਝੰਬ, ਪਹਿਲਾਂ ਕੁੜੀ ਨੂੰ ਕੁੱਟ ਕੇ ਘਰੋਂ ਕੱਢਤੀ, ਹੁਣ ਆ ਗਿਆ ਮਸੀ ਮੂੰਹ ਚੱਕ ਕੇ। ਠੀਕ ਹੈ ਠੀਕ ਹੈ ਭਾਈ। ਅੱਜ ਤੈਨੂੰ ਦਿਸ ਗਿਆ ਤੁਹਾਡੇ ਘਰ, ਮਹੀਨਾ ਹੋ ਗਿਆ ਕੁੜੀ ਆਈ ਨੂੰ, ਤੂੰ ਹਾਲ ਚਾਲ ਪੁੱਛਿਆ ਕਦੇ? ਅੱਜ ਆ ਗਿਆ ਮੂੰਹ ਚੱਕ ਕੇ। ਨਹੀਂ ਬੇਬੇ, ਬਸ ਘਰ ਦੇ ਕੰਮ ਹੀ ਇੰਨੇ ਸੀ, ਘਰੋਂ ਆਈ ਨਹੀਂ। ਆਏ ਕਰ ਪੁੱਤ,
ਹੁਣ ਤੂੰ ਆਪਦੇ ਘਰ ਦੇ ਕੰਮ ਕਾਰ ਹੀ ਕਰ ਲੈ। ਚਾਹ ਪੀ ਤੇ ਡੰਡੀ ਰਗੜ। ਜੇ ਤੇਰੇ ਜਿੱਤ ਜਾਏ ਹੋਊ ਨਾ ਵੀ ਕੁੜੀ ਤੋੜ ਦੂ, ਕੁੜੀ ਨੀ ਮੈਂ ਤੋੜਦੀ। ਉਹ ਕਿਉਂ ਪਗੜੀ ਹੋਈ ਆ ਭਜਣ ਕੁੜੇ? ਜਵਾਈ ਭਾਈ ਦੇ ਗੱਲ ਨਹੀਂ ਪਈ ਰਹਿੰਦਾ। ਬਹਿ ਜਾ ਤੂੰ, ਮੈਂ ਤਾਂ ਖੋਸੜੇ ਨਾ ਖਾ ਲਈ ਆਇਆ। ਜ਼ਿਆਦਾ ਜਮਾਈ ਦਾ ਹੈ ਗਿਆ। ਉਦੋਂ ਨਾ ਜਮਾਈ ਨੇ ਸੋਚਿਆ ਜਦੋਂ ਮੇਰੀ ਧੀ ਨੂੰ ਦੀਵਾਨੀ ਦੇ ਬੰਦੇ ਪਿੱਛੇ ਕੁੱਟ ਕੇ ਘਰੋਂ ਕੱਢਤੀ। ਦੇਖ ਬਾਪੂ, ਮਹਿੰਦਰ ਨੂੰ ਪੁੱਛ ਲੈ ਭਾਈ ਪਹਿਲਾਂ ਉਹਨੂੰ ਕਿੰਨਾ ਕੁੱਟਿਆ ਮਾਰਿਆ। ਇਹਨੂੰ ਕੀ ਦੱਸਦਾ? ਮੇਰੇ ਨਾਲ ਗੱਲ ਕਰ, ਮੈਂ ਗੱਲ ਕਰ ਰਹੀ ਹਾਂ ਤੇਰੇ ਨਾਲ। ਭਾਈ ਬੁੱਤ, ਮੈਨੂੰ ਦੱਸਣ ਦਾ ਤਾਂ ਕੋਈ ਫਾਇਦਾ ਨਹੀਂ ਭਾਈ। ਤੂੰ ਆਪਦੀ ਬੀਬੇ ਨੇ ਗੱਲ ਕਰ ਲਾ, ਤੋਰਨੀ ਤੇ ਇਸੇ ਨਹੀਂ ਹੈ। ਇੰਨੀ ਦਾ ਪਤੀਲੇ 'ਚ ਦਾਲ ਨਹੀਂ ਥੱਲੇ ਲੱਗਦੀ ਜਿੰਨਾ ਬੁੜਾ ਥੱਲੇ ਲੱਗਿਆ ਪਿਆ। ਨਾ ਕੀ ਮੂੰਹ 'ਚ ਬੁੜਬੁੜ ਕਰੀ ਜਾਂਦਾ, ਮੇਰੇ ਨਾਲ ਸਿੱਧਾ ਹੋ ਕੇ ਗੱਲ ਕਰ ਇੱਧਰ। ਪੁੱਤ ਤੇਰੇ ਡੈਡੀ ਆਏ ਆ, ਉਹਨਾਂ ਨੂੰ ਵੀ ਚਾਹ ਦੇ ਦਾਂ। ਆ ਜਾ ਨਾਲ ਤੂੰ ਮਿਲ ਲਈ। ਆ ਜਾ ਮੇਰੇ ਪੁੱਤ। ਚੱਲ ਠੀਕ ਹੈ, ਹੱਥੋਂ ਕੇ ਆ ਜਾ। ਜਾ ਕੇ ਬਾਹਰ ਖੇਡ, ਵੱਡਾ ਆਇਆ ਡੈਡੀ ਵਾਲਾ। ਅੱਜ ਮੈਂ ਇਹਦੇ ਨਾਲ ਚੰਗੀ ਤਰ੍ਹਾਂ ਗੱਲ ਕਰ ਹੀ ਲਵਾਂ। ਉਹ ਭਜਨ ਕੁੜੇ ਕਾਹਨੂੰ ਤੱਤੀ ਹੋਈ ਜਾਂਦੀ ਆ ਭਾਈ। ਧੀਆਂ ਤਾਂ ਰਾਜੇ ਰਾਣੀ ਰੱਖ ਸਕੇ, ਨਾਲੇ ਭਾਈ ਜਵਾਈ ਭਾਈ ਆਪ ਲੈਣ ਆਇਆ। ਮੇਰੀ ਗੱਲ ਸੁਣ, ਤੂੰ ਮਹਿੰਦਰ ਨੂੰ ਇਹਦੇ ਨਾਲ ਤੋਰ ਦੇ। ਤੂੰ ਬਹਿ ਜਾ ਚੁੱਪ ਕਰਕੇ। ਤੈਨੂੰ ਕਿੰਨੀ ਵਾਰੀ ਕਿਹਾ ਵਿੱਚ ਨਾ ਬੋਲਿਆ ਕਰ, ਜਾ ਉੱਠ ਕੇ ਪਸਗਲ ਪਾਣੀ ਢਾਲ ਪਿਆ ਦੇ। ਮੇਰੇ ਸਹੁਰੇ ਦੀ ਵੀ ਕਾਹਦੀ ਜੂਣ, ਕੁੱਤੇ ਜੰਨੀ ਇੱਜ਼ਤ ਨਹੀਂ। ਬੈਠੋ ਬਾਪੂ ਜੀ ਤੁਸੀਂ ਤਾਂ। ਉਹ ਨਾ ਪੁੱਤ, ਪਸ਼ੂ ਤੇ ਆਏ ਮਰ ਜਾਣਗੇ। ਤੂੰ ਐਂ ਕਰ, ਚਾਹ ਪਈ ਆ ਚਾਹ ਪੀ ਲਾ, ਤੇ ਨਾਲੇ ਆਪਦੀ ਬੀਬੀ ਨਾਲ ਗੱਲਾਂ ਕਰ ਲਾ, ਤੇ ਮੈਂ ਪਸ਼ੂਆਂ ਨੂੰ ਪਾਣੀ ਦਿਖਾਇਆ। ਤੂੰ ਤਾਂ ਪਾ ਗਿਆ ਪੂਰੀ, ਅੱਗੇ ਗੱਲਾਂ ਕਰ, ਅਗਲੀ ਸੁਣਦੀ ਹੈ ਭਲਾ। ਇਹ ਕਿਸ ਨੂੰ ਤਾਲੀ ਤਾੜ ਤਾੜ ਵੱਜਦੀ ਆ ਤੇ ਸੋਚੀ ਜੇ ਕੀ ਜਾਂਦਾ। ਬੇਬੇ ਮੈਂ ਤਾਂ ਇਹ ਸੋਚਦਾ ਸੀ ਵੀ ਜੇ ਆਗਿਆ ਹੋਵੇ ਤਾਂ ਪੀ ਲਈਏ, ਦੇਖਣ ਨੂੰ ਮਿਲੇਗੀ ਪੀਣ ਨੂੰ ਮਗਾਈਏ। ਦੱਖ ਲਾ ਇਹਨੂੰ। ਕਿਹੋ ਜਿਹੀ ਬੁੜੀ ਆ ਓਏ, ਨਾ ਚੁੱਪ ਬੈਠਣ ਦੀ ਨਾ ਬੋਲਣ ਦਿੰਦੀ ਹੈ। ਧਾਨਾ ਮੇਰਾ ਸਹੁਰਾ ਜਿਹੜਾ ਇਹਦੇ ਨਾਲ ਕੱਟੀ ਜਾਂਦਾ। ਹਾਏ ਉਹ ਰੱਬਾ ਕਿੱਥੇ ਫਸਾਤਾ। ਵੇ ਬਾਹਾ ਤਾਂ ਕੀ ਕਰਦਾ, ਮੈਨੂੰ ਮਾਰ ਨੂੰ ਫਿਰਦਾ? ਆਏ ਨਹੀਂ ਮੈਂ ਮਰਦੀ। ਨਾ ਨਾ ਬੇਬੇ, ਇਹ ਤਾਂ ਉਹੀ ਤਾਂ ਹੋ ਗਿਆ, ਅਵਾੜੀ ਲੈਂਦਾ ਸੀਗਾ। ਨਾਲੇ ਧਰਮਰਾਜ 'ਚ ਇੰਨਾ ਹੌਂਸਲਾ ਕਿੱਥੇ ਜਿਹੜਾ ਤੈਨੂੰ ਲੈ ਜੇ, ਮਰਨਾ ਉਹਨੇ ਤੈਨੂੰ ਲਿਆ ਕੇ। ਇਹਦਾ ਬਾਪੂ ਜਿਹੜਾ ਤੇਰੇ ਨਾਲ ਕੱਟੀ ਜਾਂਦਾ। ਦੇਖਦੀ ਏ ਮੇਰੀ ਗੱਲ ਸੁਣ, ਲੜਾਈ ਝਗੜਾ ਕਿਹਦੇ ਘਰੇ ਨਹੀਂ ਹੁੰਦਾ। ਨਾਲੇ ਭਾਈ ਧੀਆਂ ਤਾਂ ਆਪਦੇ ਘਰੇ ਵੱਸਦੀਆਂ ਸੋਹਣੀਆਂ ਲੱਗਦੀਆਂ। ਤੂੰ ਆਪਦੀ ਬੇਬੇ ਦੇ ਪਿੱਛੇ ਲੱਗਿਆ ਕਰ, ਇਹਨੂੰ ਕੀ ਆ? ਇਹਦਾ ਤਾਂ ਪਹਿਲੇ ਦਿਨ ਤੇ ਸੁਭਾਅ ਰੁੱਖਾ ਏ। ਤੂੰ ਆਪਦਾ ਘਰ ਵਸਾਉਣ ਬਾਰੇ ਸੋਚ। ਉਹ ਤਾਂ ਠੀਕ ਹੈ ਬਾਪੂ, ਮੈਂ ਤਾਂ ਘਰ ਵਸਾਉਣ ਵਾਸਤੇ ਬਹੁਤ ਸੋਚਦੀ ਹਾਂ, ਪਰ ਉਹੀ ਆਪਦੇ ਭਰਾ ਪਿੱਛੇ ਲੱਗ ਕੇ ਮੇਰੇ ਨਾਲ ਲੜਦਾ ਰਹਿੰਦਾ। ਦੇਖ ਭਾਈ ਧੀਏ, ਸਹੁਰੇ ਘਰੇ ਪੇਕਿਆਂ ਵਰਗੀ ਐਸ ਨਹੀਂ ਹੁੰਦੀ, ਉੱਥੇ ਤਾਂ ਥੋੜੇ ਬਹੁਤੇ ਨੀਵੇਂ ਹੋ ਕੇ ਰਹਿਣਾ ਪੈਂਦਾ। ਬਾਪੂ ਗੱਲ ਤਾਂ ਤੇਰੀ ਠੀਕ ਆ, ਪਰ ਮੈਂ ਮਾਂ ਦੇ ਉੱਤੋਂ ਦੀ ਹੋ ਕੇ ਵੀ ਨਹੀਂ ਜਾ ਸਕਦੀ। ਠੀਕ ਆ ਪੁੱਤ, ਤੂੰ ਆਪਦੀ ਬੇਬੇ ਨਾਲ ਰਹਿ ਕਰ ਲਾ, ਜਿਵੇਂ ਤੈਨੂੰ ਚੰਗਾ ਲੱਗਦਾ ਭਾਈ। ਠੀਕ ਹੈ। ਦੇਖੋ ਬੇਬੀ, ਮੈਂ ਮਾਰਦਾ ਗਲਤੀ ਤਾਂ ਮੈਥੋਂ ਹੋਈ ਹੈ, ਪਰ ਅੱਗੇ ਤੋਂ ਅਜਿਹਾ ਨਹੀਂ ਹੋਊਗਾ। ਨਾਲੇ ਮੈਂ ਆਪਦੇ ਵੱਡੇ ਭਾਈ ਨੂੰ ਵੀ ਸਮਝਾਊਂਗਾ। ਹੁਣ ਤੁਸੀਂ ਐਂ ਕਰੋ, ਮਹਿੰਦਰ ਕੋਲ ਨੂੰ ਤਿਆਰ ਕਰੋ ਤੇ ਮੇਰੇ ਨਾਲ ਤੋਰੋ। ਬੱਚਾ ਹੈ ਬੇਬੇ ਦਾ, ਤੋਰਦੇ ਇਹਦੇ ਨਾਲ ਨਾ ਢੁੱਪਾ ਨਾਲ। ਲੈ ਦੱਸ ਕੁੜੀਏ, ਹੁਣ ਤੇਰੀ ਕੀ ਮਰਜ਼ੀ ਹੈ? ਹੁਣ ਉਹ ਆਇਆ ਬੈਠਾ, ਉਹਦਾ ਕੀ ਕਰੀਏ? ਬੇਬੇ ਮੇਰੀ ਮਰਜ਼ੀ ਤਾਂ ਤੁਹਾਡੇ ਨਾਲ ਹੀ ਆ, ਬਾਕੀ ਤੁਸੀਂ ਕਿਹੜਾ ਮੇਰਾ ਮਾੜਾ ਸੋਚੋਗੇ? ਦੇਖਤੀ ਏ, ਹੁਣ ਕੰਡ ਝਾੜ ਤਾਂ ਮੈਂ ਉਹਦੀ ਬਹੁਤ ਕਰਤੀ। ਮੈਨੂੰ ਨਹੀਂ ਲੱਗਦਾ ਅੱਗੇ ਤੋਂ ਤੈਨੂੰ ਕੋਈ ਪੁੱਠਾ ਸਿੱਧਾ ਬੋਲੂਗਾ, ਤੇ ਜੇ ਕੋਈ ਉੱਨੀ ਨਿੱਕੀ ਹੋਈ ਨਾ ਤੂੰ ਮੈਨੂੰ ਦੱਸੀ, ਮੈਂ ਉਹਨਾਂ ਦਾ ਚੰਗੀ ਤਰ੍ਹਾਂ ਜਲੂਸ ਕੱਢੂਗੀ। ਤੇ ਹੁਣ ਤੂੰ ਐਂ ਕਰ, ਕੱਪੜਾ ਲੀੜਾ ਪਾ ਤੇ ਤਿਆਰ ਹੋ ਪੁੱਤ ਮੇਰਾ, ਤੇ ਤੈਨੂੰ ਤੋਰਾਂ। ਚੱਲ ਠੀਕ ਆ ਬੇਬੇ, ਮੈਂ ਤਿਆਰ ਹੋਊਂਗੀ।
ਆਪਾਂ ਤੋਂ ਉੱਠ ਬੈਠ ਗੱਡੀ ਚੱਲੀਏ। ਨਹੀਂ ਭਾਈ ਇਹ ਨਹੀਂ ਜਾਂਦਾ, ਤੂੰ ਮਿੰਦੋਂ ਨੂੰ ਲੈਣਾ ਹੈ, ਤੂੰ ਮਿੰਦੋਂ ਲੈ ਕੇ ਜਾ। ਉਹ ਬੇਬੇ ਮੈਂ ਤਾਂ ਇਹ ਕਹਿੰਦਾ ਇਹਨੂੰ ਉੱਥੇ ਪੜਾ ਲੈਂਦੇ। ਮੈਨੂੰ ਪਤਾ ਹੀ ਆ ਪੜਾ ਕੇ ਕੀ ਡੀ ਸੀ ਲਵਾ ਦਾਂਗੇ ਤੁਸੀਂ, ਜਿਹੋ ਜਿਹਾ ਤੁਸੀਂ ਉਹ ਜਿਹਾ ਇਹਨੂੰ ਬਣਾ ਲਓਗੇ। ਕਰ ਮੈਂ ਜੇ ਇੱਥੇ ਰਹਿ ਕੇ ਇਹਦੇ ਵਰਗਾ ਬਣ ਗਿਆ, ਸਮਝ ਲਓ ਤੇਰੇ ਸਹੁਰੇ ਵਾਂਗੂ ਤੇਰਾ ਬੜਾ ਪਤਾ ਰੁਲ ਗਿਆ। ਚੰਗਾ ਪੁੱਤ ਜਾਂਦੇ ਹੋ? ਹਾਂਜੀ ਬਾਪੂ ਜੀ। ਚੱਲ ਕੋਈ ਗੱਲ ਨੀ ਪੁੱਤ, ਆਪਣਾ ਖਿਆਲ ਰੱਖਿਓ। ਮੈਨੂੰ ਤੇਰੇ ਬਾਰੇ ਸੋਚ ਸੋਚ ਕੇ ਡਰ ਲੱਗੀ ਤੇ ਮੇਰੇ ਖਿਆਲ ਦੀ ਛੱਡ। ਧੰਨ ਆ ਉਹ ਬੁੜਾ ਆ ਜਿਹੜਾ ਇਹਦੇ ਨਾਲ ਕੱਟੀ ਜਾਂਦਾ, ਡਰਾ ਡਰਾ ਕੇ ਬੇਚਾਰਾ ਘਸੀ ਬੌਕਰਾ ਕਿਆ ਕੀਤਾ ਪਿਆ ਗਾ। ਚੱਲ ਚੰਗਾ ਪੁੱਤ, ਖਿਆਲ ਰੱਖੀਆਂ ਦਾ ਚੰਗਾ, ਵਧੀਆ ਪੜੀ। ਚੰਗਾ ਪੁੱਤ, ਚੰਗਾ ਧਿਆਨ ਨਾਲ। ਚੰਗਾ ਬਾਪੂ।